ਉਹਨਾਂ ਦੀ ਖਾਮੋਸ਼ੀ ਬੜੀ ਜ਼ਬਰਦਸਤ ਹੈ, ਬੋਲਦੀ ਹੈ ਉਹਨਾਂ ਦੀ ਖਾਮੋਸ਼ੀ। ਮੇਰਾ ਭਾਈ ਮੈਨੂੰ ਲੈ ਗਿਆ ਪਾਕਿਸਤਾਨ ਟੈਲੀਵਿਜ਼ਨ, ਚਕਲਾਲਾ ਆਉਂਦਾ ਸੀ ਉਦੋਂ, ਬੈਰਕਾਂ 'ਚ ਕਮਰੇ ਸਨ ਦੋ ਤਿੰਨ, ਅਤੇ ਬੱਚਿਆਂ ਦਾ ਪ੍ਰੋਗਰਾਮ ਸੀ ਗਾਣੇ ਦਾ, ਨਹੀਦ ਨਿਆਜ਼ੀ ਔਰ ਮਸਲੇਉਦੀਨ ਦੋਨੋਂ ਮੀਆਂ ਬੀਵੀ ਸਨ। ਉਹ ਮਸਲੇਉਦੀਨ ਬਹੁਤ ਵੱਡੇ ਮੌਸੀਕਾਰ ਪਾਕਿਸਤਾਨ ਫਿਲਮ ਵਿੱਚ ਵੀ ਰਹੇ ਨੇ, ਬੰਗਾਲੀ ਸਨ ਬੇਸਿਕਲੀ, ਔਰ ਨਹੀਦ ਨਿਆਜ਼ੀ ਮੀਆਂ ਵਾਲੀ ਦੀ ਸਨ, ਉਹਨਾਂ ਨਾਲ ਸ਼ਾਦੀ ਹੋਈ ਸੀ ਦੋਵਾਂ ਦੀ, ਅਤੇ ਉਹ ਬੱਚਿਆਂ ਨਾਲ ਪ੍ਰੋਗਰਾਮ ਕਰਦੇ ਸਨ, ਬੱਚਿਆਂ ਨੂੰ ਮੌਸੀਕੀ ਸਿਖਾਉਂਦੇ ਸਨ। ਅਤੇ ਮੇਰੇ ਭਾਈ ਨੇ ਕਿਹਾ ਕਿ ਚੱਲ ਤੈਨੂੰ ਟੀ ਵੀ 'ਤੇ ਫੋਟੋ ਤੇਰੀ ਆਏਗੀ, ਤਾੜੀਆਂ ਮਾਰਨੇ 'ਚ ਬਾਣਾ ਸੀ ਉਹਨਾਂ। ਅੱਛਾ, ਅਸੀਂ ਚਲੇ ਗਏ ਔਰ ਉੱਥੇ ਅਸੀਂ ਗਏ, ਅਤੇ ਇੱਕ ਬੰਦਾ ਮੈਂ ਦੇਖਿਆ, ਉਹ ਸਾਡੇ ਸਾਹਮਣੇ ਕੈਮਰੇ 'ਤੇ ਆ ਕੇ ਨਾ ਸਾਨੂੰ ਇਸ਼ਾਰੇ ਕਰੇ ਕਿ ਤੁਸੀਂ ਇੰਜ ਇੰਜ ਲੈਣਾ, ਇੰਜ ਇੰਜ। ਅਤੇ ਉਹਨਾਂ ਅਸੀਂ ਉਹ ਕੀਤਾ ਉਹ, ਅਤੇ ਜਿਸ ਦੇ ਅਸੀਂ ਉਹ ਪ੍ਰੋਗਰਾਮ ਰਿਕਾਰਡ ਹੋ ਗਿਆ, ਬੱਚੇ ਜਿਹੜੇ ਗਾਣੇ ਵਾਲੇ ਆਉਂਦੇ ਸਨ ਉਹ ਗਾਉਂਦੇ ਸਨ। ਅਤੇ ਉਸ ਤੋਂ ਪਹਿਲੇ ਮੇਰੇ ਭਾਈ ਨੇ ਉਹਨਾਂ ਨੂੰ ਕਿਹਾ ਮਸਲੇਉਦੀਨ ਨੂੰ, ਬੜੇ ਸ਼ੌਕ ਨਾਲ ਜੀ, ਕਿਹਾ ਮੇਰਾ ਭਾਈ ਗਾਉਂਦਾ ਹੈ। ਉਹਨਾਂ ਦਿਨਾਂ 'ਚ ਜ਼ਰਕਾ ਫਿਲਮ ਆਈ ਸੀ ਰਿਆਜ਼ ਸ਼ਾਹ ਸਾਹਿਬ ਦੀ, ਉਹਦੇ 'ਚੋਂ ਗਾਣਾ ਸੀ ਮਹਿੰਦੀ ਹਸਨ ਸਾਹਿਬ ਦਾ, ਇਸ਼ਕ ਜ਼ੰਜੀਰ ਪਹਿਨ ਕਰ ਵੀ ਕਿਹਾ ਜਾਂਦਾ ਹੈ, ਹਬੀਬ ਜਾਲਨ ਸਾਹਿਬ ਦੀ ਇਹ ਬਹੁਤ ਪਿਆਰਾ ਗੀਤ ਸੀ। ਅਤੇ ਉਹ ਮੇਰਾ ਭਾਈ ਨੇ ਕਹਿ ਦਿੱਤਾ ਕਿ ਜੀ ਇਹਨੂੰ ਆਉਂਦਾ ਬੜਾ ਅੱਛਾ। ਮੈਂ ਗਾ ਰਿਹਾ, ਮੈਂ ਟਾਰਾ ਮਾਰਦਾ ਰਹਿੰਦਾ ਸਾਂ, ਗਾਣਾ ਕਿੱਥੇ ਆਉਂਦਾ ਸੀ? ਉਹ ਮੈਂ ਉੱਥੇ ਉਹ ਮੈਨੂੰ ਜ਼ੋਰ ਦੇਵੇਗਾ, ਹੁਣ ਮੈਂ ਸ਼ਾਹੀ ਬੰਦਾ, ਮੈਂ ਕਿਤੇ ਮੈਂ ਫਿਰ ਉਹ ਜ਼ਬਰਦਸਤੀ ਉਹਨੇ ਖਲਵਾ ਦਿੱਤਾ, ਮੈਂ ਗਾਇਆ ਉਹ ਬੇਸੁਰਾ ਜਿਹਾ। ਉਸ ਤੋਂ ਬਾਅਦ ਮੈਨੂੰ ਬੱਚੇ ਹੂਟ ਕਰਨ ਲੱਗ ਪਏ, ਜਿਹੜੇ ਉੱਥੇ ਸਿੱਖੇ ਦੇ ਸਨ ਬਾਕਾਇਦਾ। ਉਹ ਮੈਂ ਆਪਣੇ ਆਪ ਅੰਦਰ ਬੜਾ ਗਿਲਟ ਫੀਲ ਕਰਾਂ ਕਿ ਯਾਰ ਭਾਈ ਮੇਰੇ ਨੇ ਬੜੀ ਬੇਇੱਜ਼ਤੀ ਕਰਾ ਦਿੱਤੀ। ਅਤੇ ਮੈਂ ਤੁਹਾਨੂੰ ਉਹ ਵਾਕਿਆ ਦੱਸਣ ਦਾ ਮਕਸਦ ਇਹ ਕਿ ਜਿਹੜਾ ਬੰਦਾ ਇੰਜਨ ਕਰਨ ਵਾਲਾ ਸੀ ਨਾ, ਉਹ ਜਿਸਲੇ ਮੈਂ ਵੱਡਾ ਹੋਇਆ ਤਾਂ ਬਾਰੀ ਪਤਾ ਚੱਲਿਆ ਉਹ ਖਲੀਲ ਸ਼ਹਿਜ਼ਾਦ ਸਾਹਿਬ ਸਨ, ਉਸ ਪ੍ਰੋਗਰਾਮ ਦੇ ਪ੍ਰੋਡਿਊਸਰ। ਔਰ ਫਿਰ 90s 'ਚ ਜਿਸਲੇ 88-89 'ਚ PTV ਆਰਿਫ ਰਾਣਾ ਸਾਹਿਬ ਨਾਲ ਪ੍ਰੋਗਰਾਮ ਕੀਤਾ, ਅਤੇ ਉੱਥੇ ਫਿਰ ਮੈਨੂੰ ਸ਼ਾਇਦ ਮਸੂਦ ਸਾਹਿਬ ਮਿਲ ਗਏ, ਔਰ ਬੜਾ ਉਹਨਾਂ ਕੋਲ ਮੈਂ ਸਿੱਖਿਆ। ਉਹਨਾਂ ਦੀ ਖਾਮੋਸ਼ੀ ਬੜੀ ਜ਼ਬਰਦਸਤ ਹੈ, ਬੋਲਦੀ ਹੈ ਉਹਨਾਂ ਦੀ ਖਾਮੋਸ਼ੀ, ਔਰ ਅਜੇ ਵੀ ਮੈਂ ਉਹਨਾਂ ਨੂੰ ਬਹੁਤ ਔਨ ਕਰਨਾ ਉਹਨਾਂ ਕੋਲ ਬੜਾ, ਜਿਸਲੇ ਮੈਨੂੰ ਕੋਈ ਮਸਲਾ ਹੁੰਦਾ ਕੋਈ ਵੀ ਲਿਟਰੇਚਰ ਦੇ ਵੱਲ, ਮੈਂ ਉਹਨਾਂ ਕੋਲ ਗੱਲ ਕਰਨਾ ਉਹਨਾਂ ਨਾਲ, ਔਰ ਮੈਂ ਬੜਾ ਸਿੱਖਿਆ ਉਹਨਾਂ ਕੋਲ।